ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਖਿਲਾਫ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਸੀਐਮ ਕੈਪਟਨ ਨੇ ਵੱਡਾ ਬਿਆਨ ਦਿੱਤਾ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਨੇ ਮਾਮਲਾ ਦਰਜ ਕਰਨ ਵਾਲੇ ਐਸਐਚਓ ਬਾਜਵਾ ਨੂੰ ਵਿਰੋਧੀ ਧਿਰਾਂ ਦਾ ਮੋਹਰਾ ਕਰਾਰ ਦਿੱਤਾ ਹੈ। ਸੀਐਮ ਕੈਪਟਨ ਮੁਤਾਬਕ ਐਸਐਚਓ ਬਾਜਵਾ ਨੇ ਲਾਡੀ ਸ਼ੇਰੋਵਾਲੀਆ ਖਿਲਾਫ ਕੇਸ ਦਰਜ ਕਰਨ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਦਲ ਦੇ ਦਲਜੀਤ ਸਿੰਘ ਚਿੰਮਾ ਨਾਲ ਗੱਲਬਾਤ ਕੀਤੀ ਸੀ। ਜੀ ਹਾਂ, ਇਹ ਖੁਲਾਸਾ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਉਹਨਾਂ ਕਿਹਾ ਕਿ ਸ਼ੇਰੋਵਾਲੀਆ ਖਿਲਾਫ ਦਰਜ ਕੇਸ ਵਿਰੋਧੀ ਧਿਰ ਦੀ ਵੱਡੀ ਸਾਜਿਸ਼ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਚੀਮਾ ਨਾਲ ਹੋ ਗਿਆ 6:30 ਵਜੇ। ਇਹ ਸਭ ਚਾਰਜਿਸ ਤੁਸੀਂ ਆਪ ਫੋਨ ਵਰਕ ਆਊਟ ਕਰ ਲੈਣਾ ਕਿ ਕੀ ਉੱਥੇ ਹੋਵੇ 6:30 ਵਜੇ ਉੱਥੇ, ਔਰ ਇਹ 4:30 ਵਜੇ ਇਹਨੂੰ ਸਿਰਫ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਇਨਵੈਸਟੀਗੇਟ ਦਿਸ ਰਿਪੋਰਟ ਜਿਹੜੀ ਆਈ ਹੈ ਲਾਡੀ ਦੇ ਖਿਲਾਫ, ਉਹਨੂੰ ਇਨਵੈਸਟੀਗੇਟ ਕਰ। ਇਲੈਕਸ਼ਨ ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਤੂੰ ਘੰਟੇ ਦੇ ਵਿੱਚ ਹੀ FIR ਦਰਜ ਕਰ ਦੇ। ਦਿਸ ਵਾਜ ਇਹ ਆਪਣਾ ਗੁੱਸਾ ਦਿਖਾ ਰਿਹਾ ਹੈ ਅਗੇਂਸਟ ਰਿਮੂਵਲ ਬਾਈ ਰਾਜਵੀਰ ਸਿੰਘ, ਔਰ ਉਹਨੇ ਆਹ ਸਾਰੀ ਗੁਰਦੀ ਕਹਿਣਾ। ਆਈ ਐਮ ਨੋਟ ਇਨ ਅ ਪੋਜੀਸ਼ਨ ਟੂ ਆਰਡਰ ਐਨੀ ਇਨਕੁਆਇਰੀ ਬਿਕੋਜ਼ ਇਹ ਉੱਥੇ ਇਲੈਕਸ਼ਨ ਕੇ ਨਾਉ ਇਟ ਇਜ਼ ਅ ਕੋਡ ਆਫ ਕੰਡਕਟ, ਔਰ ਕੋਡ ਆਫ ਕੰਡਕਟ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਇਹਦੇ 'ਤੇ ਇਨਵੈਸਟੀਗੇਸ਼ਨ ਕਰਨੀ ਪਏਗੀ। ਐਂਡ ਦੇਅਰਫੋਰ ਅਸੀਂ ਰਿਕੁਐਸਟ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਨੂੰ ਕਿ ਇਸ ਇਸ਼ੂ ਨੂੰ ਇਨਵੈਸਟੀਗੇਟ ਕੀਤਾ ਜਾਵੇ। ਸੀਐਮ ਕੈਪਟਨ ਨੇ ਦੋਸ਼ ਲਾਇਆ ਕਿ ਐਸਐਚਓ ਬਾਜਵਾ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਹੱਥਾਂ ਵਿੱਚ ਖੇਡ ਰਹੇ ਨੇ। ਕੈਪਟਨ ਮੁਤਾਬਕ ਚੋਣ ਕਮਿਸ਼ਨ ਨੇ ਲਾਡੀ ਖਿਲਾਫ 24 ਘੰਟਿਆਂ ਵਿੱਚ ਜਾਂਚ ਰਿਪੋਰਟ ਮੰਗੀ ਸੀ, ਪਰ ਬਾਜਵਾ ਨੇ ਬਿਨਾਂ ਜਾਂਚ ਕੀਤਿਆਂ ਹੀ ਲਾਡੀ ਉੱਤੇ ਕੇਸ ਦਰਜ ਕਰ ਦਿੱਤਾ। ਇਹ ਕਦੇ ਵੀ ਮੇਰਾ ਖਿਆਲ ਪੰਜਾਬ ਪੁਲਿਸ ਨੇ ਆਪਣੀ ਜ਼ਿੰਦਗੀ ਵਿੱਚ ਵਿਦਨ 1 ਆਵਰ ਔਰ 1/2 ਆਵਰ ਔਰ ਕੰਪਲੇਂਟ ਕਮਿੰਗ ਫਰਮ ਇਲੈਕਸ਼ਨ ਕਮਿਸ਼ਨ ਦੇ ਬਾਰੇ ਦਰਜ ਕਰ ਕਦੇ ਨਹੀਂ ਹੋਇਆ। ਪਹਿਲਾਂ ਇਨਵੈਸਟੀਗੇਟ ਕੁਝ ਕਰੇ, ਜਾਇਜ਼ ਤਾਂ ਸਹੀ ਹੋ ਕੇ ਸਪੋਰਟ ਨਹੀਂ ਹੈ ਬੈਂਕ ਕਰੇ ਕੁਝ ਕਰੀ ਜਾਂਦਾ। ਦਿਸ ਇਜ਼ ਆਲ ਪੋਲੀਟੀਕਲ ਪੋਲੀਟਿਕਸ ਇਨ ਪਲੇ। ਐਂਡ ਜੈਸੇ ਮੈਂ ਤੁਹਾਨੂੰ ਦੱਸਿਆ ਦੋ ਫੋਰਸ ਨੇ ਆਏ ਨੇ ਉਹਦੇ ਫਰੋਮ ਕੈਨੇਡਾ ਐਂਡ 1 ਫਰੋਮ ਜਸਟਿਸ ਚੇਂਜ, ਸੋ ਇਟਸ ਆਲ ਥ੍ਰੀ ਨੇਮ ਬਣ ਹੋ ਗਏ। ਸੋ ਨਾਉ ਲੈਟ ਅਸ ਸੀ, ਆਈ ਹੋਪ ਇਲੈਕਸ਼ਨ ਕਮਿਸ਼ਨ ਵਿਲ ਟੇਕ ਕੋਗਨਿਸੈਂਸ ਆਫ ਸਾਡੀ ਜੀ ਦੀ ਰਿਕੁਐਸਟ ਹੈ ਐਂਡ ਇਨ ਇਨਵੈਸਟੀਗੇਸ਼ਨ ਇਨ ਕਰਾਈ ਸਾਡੀ ਪੁਲਿਸ ਦੇ ਕੈਨ ਗਿਵ ਆਰਡਰ ਟੂ ਆਰ ਪੁਲਿਸ ਟੂ ਡੂ ਇਟ, ਦੇ ਵਿਲ ਡੂ ਇਟ ਐਂਡ ਕੁਡ ਡਬਲ ਕੁਡ ਟਾਈਮ ਔਰ ਐਨੀਵਨ ਐਲਸ ਹੋ, ਲੇਕਿਨ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਉਧਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਸੀਐਮ ਕੈਪਟਨ ਨੂੰ ਕਰਾਰਾ ਜਵਾਬ ਦਿੱਤਾ ਹੈ। ਚੀਮਾ ਨੇ ਕਿਹਾ ਕਿ ਲਾਡੀ ਉੱਤੇ ਪਰਚਾ ਹੋਣ ਤੋਂ ਬਾਅਦ ਐਸਐਚਓ ਬਾਜਵਾ ਨੇ ਉਹਨਾਂ ਨੂੰ ਸਿਰਫ ਮਦਦ ਲਈ ਫੋਨ ਕੀਤਾ ਸੀ। ਸਵੇਰੇ ਉਹ ਇੰਨਾ ਜ਼ਿਆਦਾ ਪਰੇਸ਼ਾਨ ਸੀ, ਉਹ ਕਹਿੰਦੇ ਸੀ ਜਾਂ ਮੈਂ ਨੌਕਰੀ ਛੱਡ ਦੇਣੀ ਹੈ ਅਤੇ ਜਾਂ ਮੈਂ ਆਪਣੇ ਆਪ ਨੂੰ ਕੁਛ ਕਰ ਲੈਣਾ। ਜੇ ਸਾਰੀ ਕਾਂਗਰਸ ਪਾਰਟੀ ਸਾਰੀ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਛੱਡ ਕੇ ਸਾਰੀ ਸਰਕਾਰ ਉਹਦੇ ਪਿੱਛੇ ਪੈ ਜਾਵੇ ਇੱਕ ਅਫਸਰ ਦੇ ਜਿਹੜਾ ਮਾਫੀਆ ਦੇ ਖਿਲਾਫ਼ ਪਰਚਾ ਕਰਦਾ ਪਿਆ, ਅਤੇ ਉਹ ਆਪੋਜੀਸ਼ਨ ਨਾਲ ਹੀ ਗੱਲ ਕਰੇਗਾ, ਵਿਚਾਰਾ ਕਿੱਥੇ ਜਾਏਗਾ। ਮੇਰਾ ਕੋਈ ਫੋਨ ਨਹੀਂ ਗਿਆ, ਮੈਨੂੰ ਫੋਨ ਆਇਆ ਔਰ 2 ਵਾਰੀ ਆਇਆ, ਅੱਜ ਵੀ ਆਇਆ, ਅੱਜ ਵਾਲਾ ਹਾਲੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਅੱਜ ਵੀ ਆਇਆ, ਅੱਜ ਵੀ ਉਹ ਵਿਚਾਰਾ ਚੀਕਾਂ ਮਾਰ ਕੇ ਰੋ ਰਿਹਾ।
ਅਸਲ ਵਿੱਚ 3 ਮਈ ਨੂੰ ਕਾਂਗਰਸ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਮੀਦਵਾਰ ਵਜੋਂ ਟਿਕਟ ਦਿੱਤੀ ਸੀ। ਇਸ ਤੋਂ ਬਾਅਦ 4 ਮਈ ਸਵੇਰੇ ਕਰੀਬ 4:30 ਵਜੇ ਲਾਡੀ ਖਿਲਾਫ਼ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਲਾਡੀ ਸ਼ੇਰੋਵਾਲੀਆ 'ਤੇ ਪਰਚਾ ਦਰਜ ਕਰਨ ਵਾਲੇ SHO ਪਰਮਿੰਦਰ ਬਾਜਵਾ ਨੇ ਅਸਤੀਫਾ ਦੇ ਕੇ ਤੁਰੰਤ ਵਾਪਸ ਲੈ ਲਿਆ ਸੀ। ਹਾਲਾਂਕਿ SSP ਭੁੱਲਰ ਨੇ ਬਾਜਵਾ ਦੇ ਅਸਤੀਫੇ ਨਾਲ ਖ਼ਬਰ ਨੂੰ ਨਕਾਰ ਦਿੱਤਾ ਸੀ, ਪਰ ਹੁਣ ਬਾਜਵਾ ਨੇ ਖੁਦ ਅਸਤੀਫਾ ਦੇਣ ਦੀ ਗੱਲ ਕਬੂਲ ਕਰ ਲਈ ਹੈ। ਅਜਿਹੇ ਵਿੱਚ ਹੁਣ ਇਸ ਮਾਮਲੇ ਵਿੱਚ ਹੋਰ ਕੀ ਖੁਲਾਸਾ ਹੁੰਦਾ ਹੈ, ਦੇਖਣਾ ਲਾਜ਼ਮੀ ਹੋਵੇਗਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।